ਸਸ਼ਗਰ ਤੇ ਦੇਖ ਰਿਹਾ ਟੀਵੀ ਪੰਜਾਬ ਮੈਂ ਤੁਹਾਡਾ ਜਸਪ੍ਰੀਤ ਸਿੰਘ ਅੱਜ ਕਿਸ ਵੇਲੇ ਦੀ ਕਬੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਸੁਣਾਈ ਗਈ ਹੈ ਕੁਝਰਾਤ ਦੇ ਸੂਰਤ ਦੇ ਇੱਕ ਸਿਆਸ਼ਨ ਕੋਰਟ ਵੱਲੋਂ ਰਾਹੁਲ ਗਾਂਧੀ ਉੱਤੇ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਉਸ ਕੇਸ ਦੇ ਵਿੱਚ ਰਾਹੁਲ ਗਾਂਧੀ ਦੋਸ਼ੀ ਪਾਏ ਗਏ ਨੇ ਅਤੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਤੋਂ ਅੰਦਾਜ਼ਨ ਹੈ ਇਸ ਕੋਰਟ ਦੇ ਵਿੱਚ ਉਹਨਾਂ ਨੂੰ 30 ਦਿਨ ਤੱਕ ਦਾ ਸਮਾਂ ਵੀ ਦਿੱਤਾ ਗਿਆ ਹੈ 30 ਦਿਨ ਤੱਕ ਉਹ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਾ ਸਕਦੇ ਨੇ ਅਤੇ ਪੱਕੀ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਕਰ ਸਕਦੇ ਨੇ ਹਾਈ ਕੋਰਟ ਤੱਕ ਜਾਣ ਦੇ ਲਈ ਰਾਹੁਲ ਗਾਂਧੀ ਨੂੰ ਇਹ ਸਮਾਂ ਦਿੱਤਾ ਗਿਆ ਹੈ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਪੂਰਾ ਮਾਮਲਾ ਹੈ ਕੀ ਸੀ 13 April 2019 ਨੂੰ ਕਰਨਾਟਕ ਦੇ ਵਿੱਚ ਰਾਹੁਲ ਗਾਂਧੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਨਿਰਮੋਦੀ ਲਲਿਤ ਮੋਦੀ ਅਤੇ ਨਿਰਿੰਦਰ ਮੋਦੀ ਸਾਰਿਆਂ ਦਾ ਸਰਨੇਮ ਕਾਮਨ ਕਿਉਂ ਹੈ ਤੇ ਉਹ ਕਹਿੰਦੇ ਨੇ ਕਿ ਚੋਰਾਂ ਦਾ ਸਰਨੇਮ ਮੋਦੀ ਹੀ ਕਿਉਂ ਇਹ ਵਰਡਿੰਗ ਰਾਹੁਲ ਗਾਂਧੀ ਦੀ ਸੀ ਰਾਹੁਲ ਗਾਂਧੀ ਨੇ ਕਿਹਾ ਕਿ ਨੀਰਮ ਮੋਦੀ ਲਲਿਤ ਮੋਦੀ ਤੇ ਨਰਿੰਦਰ ਮੋਦੀ ਸਾਰਿਆਂ ਦਾ ਸਰਨੇਮ ਕਾਮਨ ਕਿਉਂ ਤੇ ਸਾਰੇ ਚੋਰਾਂ ਦਾ ਸਰਨੇਮ ਮੋਦੀ ਹੀ ਕਿਉਂ ਇਸ ਮਾਮਲੇ ਨੂੰ ਦੇਖਦਿਆਂ ਹੋਇਆਂ ਰਾਹੁਲ ਗਾਂਧੀ ਉੱਤੇ ਮਾਨ ਹਾਨੀ ਦਾ ਦਾਵਾ ਭਾਜਪੀ ਦੇ ਇੱਕ ਸਾਬਕਾ ਮੰਤਰੀ ਵੱਲੋਂ ਕੀਤਾ ਗਿਆ। ਉਹਨਾਂ ਨੇ ਆਖਿਆ ਕਿ ਮੋਦੀ ਸਮਾਜ ਦੀ ਇਹ ਬੇਇੱਜ਼ਤੀ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਦੇ ਵਿਰੁੱਧ ਕੇਸ ਤਿਆਰ ਕਰ ਦਿੱਤਾ ਗਿਆ। 4 ਸਾਲ ਪਹਿਲਾਂ ਦਾ ਇਹ ਮਾਮਲਾ ਆਖਿਰਕਾਰ ਕੇਸ ਚੱਲਦਾ ਰਿਹਾ ਤੇ ਫਿਰ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਤੇ ਹੁਣ ਰਾਹੁਲ ਗਾਂਧੀ ਕੋਲ 30 ਦਿਨ ਦਾ ਸਮਾਂ ਇਸ ਉੱਪਰਲੀ ਅਦਾਲਤ ਚ ਜਾਣ ਦਾ ਜਾਂ ਪੱਕੀ ਜ਼ਮਾਨਤ ਲੈਣ ਦਾ ਗਾਉਂ ਜ਼ਮਾਨਤ ਲੈਣ ਦਾ ਹੁਣ ਰਾਹੁਲ ਗਾਂਧੀ ਕੀ ਕਰਦੇ ਨੇ ਹਲ ਸਮਾਂ ਦੱਸੇਗਾ ਫਿਲਹਾਲ ਤਾਂ ਦੱਸ ਦਿੰਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਰਾਹੁਲ ਗਾਂਧੀ ਨੂੰ ਮਿਲੀ ਹੈ ਸਾਫ ਦਾ ਇੱਕ ਮੰਤਰੀ ਨੇ ਭਾਜਪੀ ਦੇ ਉਹਨਾਂ ਦਾ ਵੀ ਸਰਨੇ મોદી ਆ ਉਹਨਾਂ ਵੱਲੋਂ ਇਹ ਜਿਹੜਾ ਮਾਮਲਾ ਦਰਜ ਕਰਵਾਇਆ ਗਿਆ ਸੀ ਸੋ 13 April 2019 ਦਾ ਮਾਮਲਾ ਕਰਨਾਟਕ ਦਾ ਪਰ ਇਸ ਨੂੰ ਲੈ ਕੇ ਗੁਜਰਾਤ ਦੀ ਇੱਕ ਕੋਰਟ ਵੱਲੋਂ ਸੈਸ਼ਨ ਕੋਰਟ ਵੱਲੋਂ ਆਖਿਰਕਾਰ 2 ਸਾਲ ਦੀ ਸਜ਼ਾ ਰਾਹੁਲ ਗਾਂਧੀ ਨੂੰ ਸੁਣਾਈ ਗਈ ਹੈ ਕਾਂਗਰਸ ਦੇ ਸੀਨੀਅਰ ਲੀਡਰ ਨੇ ਰਾਹੁਲ ਗਾਂਧੀ ਜਦ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਈ ਗਈ ਤਾਂ ਰਾਹੁਲ ਗਾਂਧੀ ਵੀ ਕੋਰਟ ਦੇ ਵਿੱਚੇ ਮੌਜੂਦ ਸੀ तमाम ਸੀਨੀਅਰ ਲੀਡਰ ਕਾਂਗਰਸ ਦੇ ਕੋਰਟ ਦੇ ਵਿੱਚੇ ਮੌਜੂਦ ਸੀ ਤਿਸ ਤੋਂ ਬਾਅਦ ਰਾਹੁਲ ਗਾਂਧੀ ਨੂੰ 30 ਦਿਨਾਂ ਦਾ ਸਮਾਂ ਦਿੱਤਾ ਗਿਆ ਜਣਕੇ 30 ਦਿਨ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਉਹਨਾਂ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ ਤੇ ਉਹ ਹੁਣ ਪੱਕੀ ਜ਼ਮਾਨਤ ਅਗਾਂਹ ਅਦਾਲਤ ਤੇ ਵਿੱਚ ਜਾ ਕੇ ਲੈ ਸਕਦੇ ਨੇ ਮਹਨੋ ਟੀਵੀ ਪੰਜਾਬ ਦੇ ਨਾਲ ਮੈਂ ਤੁਹਾਡਾ ਨਾ ਜਸਪ੍ਰੀ ਸਿੰਘ ਹਾਂ ਜੀ